ਹਾਂਜੀ ਦੋਸਤੋ ਜੇ ਤੁਸੀਂ ਵੀ ਬਿਲਕੁਲ ਸਾਦਾ ਸਟਾਈਲ ਜਿਹੜਾ ਬਟਾਲੀ ਪੱਗ ਦੇ ਵਿੱਚ ਸਿੱਖਣਾ ਤਾਂ ਵੀਡੀਓ ਨੂੰ ਪੂਰੀ ਦੇਖਿਓ ਤੇ ਅੱਗੇ-ਅਗੇ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਪੂਣੀ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਦੋ ਪਤਲੇ ਥੱਲੇ ਵਾਲੀ ਸਾਈਡ ਰੱਖਦੇ ਹੋਏ ਆਪਾਂ ਲੜ ਲਾਉਣਾ ਸਟਾਰਟ ਕਰਾਂਗੇ ਜੀ ਪਹਿਲੇ ਲੜ ਦੇ ਵਿੱਚ ਬਾਟਾ ਜਿਹੜੇ ਉਹ ਪਿੰਚ ਕਰਕੇ ਥੱਲੇ ਨੂੰ ਖਿੱਚ ਕੇ ਪਾਉਣੇ ਆ ਜਿਹੜੀ ਦੂਜੀ ਵੱਡੀ ਗੱਲ ਆ ਪਹਿਲੇ ਲੜ ਦੇ ਨਾਲ ਤੁਸੀਂ ਦੇਖਣਾ ਕਿੰਨਾ ਏਰੀਆ ਕਵਰ ਕਰਨਾ ਜੇਕਰ ਤੁਸੀਂ ਜ਼ਿਆਦਾ ਲੜ ਖੋਲ ਕੇ ਲਾ ਲੋਗੇ ਪਹਿਲਾ ਲੜ ਖਿਸਕੂਗਾ ਵੀ ਤੇ ਦੂਸਰੀ ਗੱਲ ਪਹਿਲੇ ਲੜ ਦੇ ਵਿੱਚ ਵਟ ਵਧੀਆ ਤਰੀਕੇ ਦੇ ਨਾਲ ਨਹੀਂ ਪਾਣੇਗੇ ਤੇ ਇੱਕ ਗੱਲ ਜਿਹੜੀ ਖਾਸ ਆ ਉਹ ਆਪਾਂ ਦੱਸਣੀ ਇਹ ਚਾਹੁੰਦੇ ਆ ਕਿ ਪੱਗ ਦੀ ਲੈਂਥ 6 ਮੀਟਰ ਆ ਤੇ ਕੱਪੜੇ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਇਹ ਰੂਬੀਆ ਕੱਪੜੇ ਦੇ ਵਿੱਚ ਆ 6 ਮੀਟਰ ਪੱਗ 5 ਪੇਚ ਇਹਦੇ ਆਉਣਗੇ ਸੋ ਅਗਲਾ ਲਾੜਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਧਰ ਵਾਲੀ ਸਾਈਡ ਤੋਂ ਆਪਾਂ ਉੱਪਰ ਦੀ ਲਿਆ ਕੇ ਲਾਉਣਾਗਾ ਤੇ ਵਟ ਕਿਹੜੇ ਤਰੀਕੇ ਨਾਲ ਪਾਉਣੇ ਆ ਉਹ ਵੀ ਤੁਸੀਂ ਦੇਖੀ ਚੱਲਿਓ ਪਿੰਚੀ ਕਰਕੇ ਥੱਲੇ ਵਾਲੀ ਸਾਈਡ ਤੋਂ ਇੱਕ ਇੱਕ ਛੁੰਡੀ ਭਰ ਕੇ ਆਪਾਂ ਉੱਤੇ ਨੂੰ ਲਿਜਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਤੇ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖਿਓ ਜਿਹੜਾ ਹਰੇਕ ਲੜ ਦਾ ਤਰੀਕਾ ਹੁੰਦਾ ਵੱਟ ਪਾਉਣ ਦਾ ਜਾਂ ਲੜ ਫੜਨ ਦਾ ਐਂਗਲ ਹੁੰਦਾ ਉਹ ਵੱਖਰਾ ਵੱਖਰਾ ਹੁੰਦਾ ਹੈਗਾ ਸੋ ਪਹਿਲੇ ਤੇ ਦੂਜੇ ਲੜ ਦੇ ਵਿੱਚ ਆਪਾਂ ਗੈਪ ਆ ਹਲਕਾ ਜਿਹਾ ਘੱਟ ਰੱਖਾਂਗੇ ਸੋ ਤੁਸੀਂ ਦੇਖ ਸਕਦੇ ਹੋ ਰੂਬੀਆ ਕਪੜਾ ਹੋਣ ਕਰਕੇ ਪੱਗ ਦੇ ਵਿੱਚ ਫਲਾਪਟਾ ਜਿਹੜੀ ਉਹ ਆਟੋਮੈਟਿਕਲੀ ਜ਼ਿਆਦਾ ਆਜੂਗੀ ਕਪੜਾ ਭਾਰਾ ਵੀ ਹੁੰਦਾ ਤੇ ਕੱਪੜਾ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਬੰਦਾ ਵਧੀਆ ਬੰਦਾ ਪਹਿਲਾਂ ਤੋਂ ਬੰਦਾ ਰੂਗੀਆਂ ਕਪੜਾ ਉਹਦੇ ਵਿੱਚ ਉਹਦੇ ਵਿੱਚ ਸਫਾਈ ਵੀ ਪੂਰੀ ਵਧੀਆ ਹੁੰਦੀ ਹੈ ਤੇ ਵੱਟ ਵੀ ਪੂਰੇ ਵਧੀਆ ਪੈਂਦੇ ਆ ਨਵੇਂ ਬੰਦੇ ਟਰਾਈ ਕਰੋ ਵੀ ਫੁੱਲ ਵੈਲ ਦੇ ਵਿੱਚ ਜੇ ਤੁਸੀਂ ਪਹਿਲੀ ਵਾਰ ਹੀ ਪੱਗ ਬੰਨ ਰਹੇ ਹੋ ਇਦੋਂ ਬਾਅਦ ਲਾਵਾਗੇ ਆਪਾਂ ਤੀਜਾ ਲੜ ਤੀਜੇ ਲੜ ਦੇ ਵਿੱਚ ਫੇਰ ਜਿਆਦਾ ਇਸ ਤਰੀਕੇ ਨਾਲ ਦੇਖੋ ਇੱਕ ਜਗ੍ਹਾ ਇਕੱਠਾ ਕਰਕੇ ਲੜ ਐਵੇਂ ਆਪਾਂ ਵੱਟ ਪਾ ਸਕਦੇ ਆ ਸੋ ਸਭ ਤੋਂ ਸੌਖਾ ਤਰੀਕਾ ਇਹ ਹੈ ਆ ਸਿੰਪਲ ਇਕੱਠਾ ਕੀਤਾ ਕੱਠਾ ਕਰਕੇ ਆਪਾਂ ਵਟ ਪਾ ਲੈਣੇ ਆ ਇਹ ਤੁਹਾਡਾ ਤਾਂ ਹੀ ਸੰਭਵ ਆ ਜੇ ਥੱਲੇ ਵਾਲੀ ਸਾਈਡ ਦੋ ਲੜ ਜਿਹੜੇ ਪਤਲੇ ਪੱਲੇ ਦੋ ਆ ਜਿਹੜੇ ਉਹ ਥੱਲੇ ਵਾਲੀ ਸਾਈਡ ਹੋਣਗੇ ਜੇ ਥੱਲੇ ਵਾਲੀ ਸਾਈਡ ਮੋਟਾ ਪਾਸਾ ਆ ਗਿਆ ਜਦੋਂ ਤੁਸੀਂ ਲੜ ਇਕੱਠਾ ਕਰੋਗੇ ਤਾਂ ਉਹ ਮੂਰੇ ਤੋਂ ਪੂਰਾ ਜਿਹੜਾ ਫਲਾਪਟ ਵਿੱਚ ਆ ਜਾਊਗਾ ਤੇ ਉਹ ਵਧੀਆ ਸ਼ੇਪ ਨਹੀਂ ਤੁਹਾਡੀ ਬਣੂਗੀ ਸੋ ਤਿੰਨ ਲੜ ਲਾਗੇ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਪੱਗ ਦੀ ਸ਼ੇਪ ਬਣ ਰਹੀ ਹੈ ਫਲਾਪਟਾ ਰਹੀ ਹੈ ਸੋ ਇਹਦੇ ਤੋਂ ਬਿਨਾ ਵੱਡੀ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸ ਦਿਆਂ ਜੇਕਰ ਜਦੋਂ ਵੀ ਤੁਸੀਂ ਪੱਗ ਬੰਨ੍ਹਣੀ ਆ ਕੇਸ ਆ ਜਿਹੜੇ ਉਹ ਇੱਕ ਸਾਈਡ ਨਹੀਂ ਖੋਲਣੇ ਬਹੁਤ ਸਾਰੇ ਭਰਾਵਾਂ ਦੇ ਮੈਂ ਕਈ ਵਾਰ ਆਪਾਂ ਦੇਖਦੇ ਹੁੰਨੇ ਆ ਵੀ ਇੱਕ ਸਾਈਡ ਜੂੜਾ ਕੀਤਾ ਹੁੰਦਾ ਕਰਕੇ ਪੱਗ ਇੱਕ ਸਾਈਡ ਨੂੰ ਹੀ ਜਾਂਦੀ ਆ ਸੋ ਉਹ ਚੀਜ਼ ਦਾ ਵੀ ਖਿਆਲ ਰੱਖਣਾ ਤੇ ਜਿਹੜੇ ਭਰਾ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਪੱਗ ਬੰਨ੍ਹਦੇ ਟਾਈਮ ਪਰਨਾ ਬੰਨ੍ਹਦੇ ਟਾਈਮ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦਾ ਆਪਾਂ ਉਸੇ ਟੌਪਿਕ ਦੇ ਉੱਤੇ ਜਿਹੜੀ ਅਗਲੀ ਵੀਡੀਓ ਆ ਉਹ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜੀ ਸੌਖੇ ਤਰੀਕੇ ਦੇ ਨਾਲ ਪੱਗ ਜਾਂ ਪਰ ਨਾਲ ਦਾ ਬਣ ਸਕੋ ਤੇ ਜਿਹੜਾ ਚੌਥਾ ਲੜ ਲਾਉਣਾ ਚੌਥੇ ਲੜ ਤੇ ਜਾ ਕੇ ਇਧਰ ਵਾਲੀ ਸਾਈਡ ਤੋਂ ਪੱਗ ਉੱਪਰ ਵੱਲ ਨੂੰ ਚੱਕ ਦਾਂਗੇ ਹਲਕੀ ਜੀ ਤਿੰਨ ਲੜ ਲੱਗਣਗੇ ਸਿੰਪਲ ਚੌਥੇ ਤੋਂ ਤੁਸੀਂ ਦੇਖ ਸਕਦੇ ਹੋ ਪੱਗ ਇਧਰੋਂ ਆਪਾਂ ਉੱਪਰ ਨੂੰ ਚੱਕਤੀ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਪਟਿਆਲਾ ਸਾਹੀ ਲੁੱਕ ਜੀ ਆ ਜਾਂਦੀ ਹੈ ਪੱਗ ਦੇ ਵਿੱਚ ਤੁਸੀਂ ਦੇਖੋਗੇ ਕਿ ਸ਼ੇਪ ਵਧੀਆ ਤਰੀਕੇ ਨਾਲ ਤਾਂ ਨੂੰ ਵਧੀਆ ਚਲੀ ਜਾਊ ਇਸ ਤੋਂ ਬਾਅਦ ਚ ਅਗਲਾ ਲੜ ਜਦੋਂ ਇਧਰ ਵਾਲੀ ਸਾਈਡ ਤੋਂ ਜਿੱਧਰ ਹੋਂ ਲੜ ਲੱਗ ਰਿਹਾ ਇੱਧਰ ਜਿੰਨੀ ਪੂਣੀ ਦੀ ਚੜਾਈ ਪੂਣੀ ਕਰਨ ਦਾ ਟਾਈਮ ਹੁੰਦੀ ਆ 19 ਪੂਣੀ ਖੋਲਣੀ ਆ ਉਹਦੇ ਤੋਂ ਬਿਨਾ ਫालतੂ ਆਪਾਂ ਬਿਲਕੁਲ ਵੀ ਲੜ ਥੱਲੇ ਉੱਤੇ ਨਹੀਂ ਕਰਨਾਗਾ ਕਈ ਬੰਦੇ ਹੁੰਦੇ ਆ ਕਿ ਵੀ ਅਸੀਂ ਪੂਣੀ ਲੜ ਖੋਲ ਕੇ ਲਾਉਨੇ ਆ ਜੀ ਵਧੀਆ ਤਰੀਕੇ ਨਾਲ ਸ਼ੇਪ ਬਣ ਜਾਂਦੀ ਆ ਠੀਕ ਆ ਸ਼ੇਪ ਬਣ ਜਾਂਦੀ ਆ ਉਹ ਤਾਂ ਬਣ ਜਾਂਦੀ ਆ ਜੇ ਤੁਹਾਡੀ ਪ੍ਰੈਕਟਿਸ ਆ ਨਵੇਂ ਬੰਦੇ ਬਿਲਕੁਲ ਵੀ ਇਦਾਂ ਦੇ ਤਰੀਕੇ ਨਹੀਂ ਵਰਤਣਗੇ ਉਹ ਸਿੰਪਲ ਤੇ ਸਾਦਾ ਤਰੀਕਾ ਰੱਖਣਗੇ ਲੜ ਲਾਉਣ ਦਾ ਜਿਵੇਂ ਪੂਣੀ ਦਰਾਂ ਜਿੰਨੀ ਕ ਪੱਗ ਦੀ ਚੜਾਈ ਹੁੰਦੀ ਆ ਉੰਨੀ ਕੀ ਰੱਖਣਗੇ ਲਾਸਟ ਲੜ ਆਪਾਂ ਸਿੱਧੇ ਦਾ ਸਿੱਧਾ ਲਾਵਾਂਗੇ ਜਿਵੇਂ ਸਿੰਪਲ ਲੜ ਸੀ ਉਵੇਂ ਦਾ ਉਵੇਂ ਆਪਾਂ ਲਾ ਕੇ ਸੋ ਤੁਸੀਂ ਦੇਖ ਸਕਦੇ ਹੋ ਪੱਗ ਬਹੁਤ ਵਧੀਆ ਤਰੀਕੇ ਨਾਲ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਬੰਨੀ ਜਾ ਚੁੱਕੀ ਹੈ ਜੇ ਤੁਸੀਂ ਸਿੰਪਲ ਸਾਦੇ ਤਰੀਕੇ ਨਾਲ ਪੱਗ ਬੰਨਣੀ ਹੈ ਕਿ ਬੜਾ ਟਾਈਮ ਨਹੀਂ ਲੱਗਦਾਗਾ ਸੋ ਲੜ ਜਿਹੜਾ ਉੱਪਰਲੀ ਸਾਈਡ ਲਾਏ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦਸਤਾਰ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸ ਦਿਓ ਵੀਡੀਓ ਪਹਿਲਾਂ ਕੱਟਦੀ ਸੀ ਸਿਰ ਆਪਾਂ ਬਾਅਦ ਚ ਟਕਿਆ ਖਿਆਲ ਚ ਨਹੀਂ ਰਹਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਜਉਂਦੇ ਵਾਸਤੇ